ਜੀ ਸਤਿ ਸ਼੍ਰੀ ਅਕਾਲ ਵੀ ਮਿੱਤਰੋ, ਅੱਜ ਹੈ ਨਾ ਆਪਾਂ ਘੋੜੇ ਆਪਣੇ ਨੂੰ ਲੱਗੇ ਹਾਂ ਮੌਨਸਟਰ ਟਾਇਰ ਪਾਉਣ, ਮਤਲਬ ਕਿ ਜਿਹਨੂੰ ਉਹ ਆਪਣੇ 2 ਫੁੱਟੇ ਟਾਇਰ ਕਹਿ ਦਿੰਦੇ ਆ। ਅਤੇ ਆਪਣਾ ਸੀਗਾ ਪਲੈਨ ਨਾਨਕ ਆਪਣੇ ਅਨੰਦਪੁਰ ਸਾਹਿਬ ਮੱਥਾ ਟੇਕਣ ਦਾ, ਟਰਾਲੀ ਆਪਣੇ ਮਿੱਤਰ ਜਿੱਦਾਂ ਲੈ ਕੇ ਗਈ ਉੱਦਣ ਉੱਦਾਂ ਹੀ ਆਪਾਂ ਖੜੀ ਕਰਾਈ ਆ। ਅਤੇ ਹੁਣ ਮੈਂ ਜਿੱਦਾਂ ਆਹ ਇਹ ਸੀਗੇ ਉਧਾਰ ਜਨ ਨੂੰ ਆਪਣੇ ਮਿੱਤਰ ਦੇ ਜੱਸੇ ਅਡਵਾਲ ਦੇ, ਇਹ ਆ ਸਪੇਸਰ ਆ, ਇਹ ਆਪਾਂ ਆਹ ਖੋਲ੍ਹ ਕੇ ਜਿੱਦਾਂ ਹੁਣ ਚੈੱਕ ਕਰ ਲਏ ਉੱਦਾਂ ਐਨ ਪੂਰੇ ਪ੍ਰੋਪਰ ਬਹਿੰਦੇ ਆ, ਕਿਉਂਕਿ ਇਹਨਾਂ ਦੀ ਹੱਬਾ ਸੇਮ ਹੀ ਹੁੰਦੀ ਆ। ਸਿਰਫ ਮੈਂ ਜਿੱਦਾਂ ਦੱਸਿਆ ਵੀ ਨਟਾਂ ਦਾ ਇਸ਼ੂ ਪੈਣਾ, ਕਿਉਂਕਿ ਆ ਥੱਲੇ ਬੈਲਡਿੰਗ ਆ, ਇਹਦੇ ਨਟਾਂ ਨੂੰ ਆਉਂਦੀ ਹੈ ਨਾਲ ਹੀ ਬਾਸ਼ਲ। ਸੋ ਆਪਾਂ ਇੱਥੋਂ ਹੁਣ ਜਿੱਦਾਂ 22 ਨੰਬਰ ਦੇ ਨਟ ਲੈ ਕੇ ਆਰ ਪਾਰ, ਮਤਲਬ ਕਿ ਜਿੱਦਾਂ ਆਹ ਪਾਏ ਆ ਅੰਦਰੋਂ ਇੱਦਾਂ ਲੈ ਕੇ ਕੱਸ ਦੇਣੇ ਆ। ਅਤੇ ਬਸ ਹੁਣ ਇਹ ਓਕੇ ਹੋ ਗਿਆ, ਰਿਪੋਰਟ ਚੈੱਕ ਹੋ ਗਿਆ ਆ। ਸੋ ਹੁਣ ਆਪਾਂ ਇਹਨੂੰ ਫਿਰ ਲੈ ਕੇ ਚੱਲਦੇ ਹਾਂ ਭਾਅ ਦੇ ਕੋਲ, ਅਤੇ ਉੱਥੇ ਆਪਾਂ ਨਵੇਂ ਨਟ ਲੈ ਕੇ ਉੱਥੇ ਸੈੱਟ ਕਰਕੇ ਅਤੇ ਇਹਨੂੰ ਐਨ ਤੁਹਾਨੂੰ ਦਿਖਾਉਂਦੇ ਹਾਂ ਇਹਦੀ ਕਿੱਦਾਂ ਦੀ ਲੁੱਕ ਬਣਦੀ ਆ। ਵੀ 2 ਫੁੱਟੇ ਜਿਹੜੇ ਟਾਇਰ ਹੁੰਦੇ ਆਪਣੇ, ਮੇਰੇ ਖਿਆਲ ਨਾਲ ਉਹ ਸਪੀਡਵੇ ਦੇ ਖਰੇ, ਨਹੀਂ ਆਈ ਥਿੰਕ ਇੱਦਾਂ ਹੀ ਆ ਕੁਛ, BKT ਦੀ ਆ ਖਰੇ। ਅਤੇ ਆਪਾਂ ਫਿਰ ਪਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦੀ ਲੁੱਕ ਬਣਦੀ ਹੈ। ਸੋ ਚੱਲਦੇ ਹਾਂ ਆਪਾਂ ਹੁਣ, ਮਤਲਬ ਕਿ ਆਹ ਜਿੱਦਾਂ ਆਪਾਂ ਸਮਝ ਲਾ ਨਾਲ ਲਾਤੀ ਹੈ ਨਾ, ਉਹਦੇ ਜਦੋਂ ਆਹ ਨਟ ਪਾਉਂਦੇ ਹਾਂ ਉਹਦੇ ਅੰਦਰਲੇ ਪਾਸੇ, ਆਹ ਇੱਦਾਂ ਸਿੱਧਾ ਨਹੀਂ ਰਹਿੰਦਾ ਅੰਦਰਲੇ ਪਾਸੇ, ਆਹ ਬਿਲਡਿੰਗ ਆ ਅਤੇ ਇਹ ਇੱਥੇ ਸਿੱਧਾ ਰਹਿੰਦਾ ਇਹ, ਆਹ ਅੰਦਰਲੇ ਪਾਸੇ ਆਹ ਬਿਲਡਿੰਗ ਲੱਗਦੀ ਨਾਲ। ਅਤੇ ਮੈਂ ਕਿਹਾ ਜਿੱਦਾਂ ਜੇ ਇਹਦੇ ਵਿੱਚ ਨਟ ਆਪਾਂ ਇੱਦਾਂ ਆਰ ਪਾਰ ਸਿੱਧੇ ਪਾ ਦਈਏ ਅੰਦਰਲੇ ਪਾਸਿਓ ਕੱਸ ਦਈਏ, ਹੋਊ ਨਾ ਜਗੜ ਕਿਸੇ ਤਰ੍ਹਾਂ। ਨਟ ਦੇ ਨਾਲ ਇੱਦਾਂ ਬਾਛਲਾਂ ਆਉਂਦੀਆਂ ਪੱਕੀਆਂ ਆ ਦੇ, ਜਦੋਂ ਇੱਦਾਂ ਪਾਉਂਦੇ ਆ ਇੱਥੇ ਪ੍ਰੋਪਰ ਸਿੱਧਾ ਰਹਿੰਦਾ ਇਹ ਆ ਦੇ, ਜੇ ਇੱਥੇ ਲੈ ਕੇ ਜਾਂਦੇ ਫਿਰ ਇੱਧਰੋਂ ਆਹ ਉੱਚਾ ਹੋ ਜਾਂਦਾ, ਜਾਂ ਤਾਂ ਫਿਰ ਮੈਂ ਕਿਹਾ ਜਾਂ ਦੂਏ ਨਟ ਪਾ ਦਈਏ ਇੱਦਾਂ ਆਰ ਪਾਰ। ਲਓ ਵੀ ਮਿੱਤਰੋ ਚੱਲੇ ਹਾਂ ਆਪਾਂ ਹੁਣ ਮੌਨਸਟਰ ਟਾਇਰ ਪਾਉਣ। 2017 'ਚ ਜਿਹੜਾ ਇਹ ਟਰੈਕਟਰ ਲਿਆ ਸੀ, ਇਹਦੇ 18 ਦੇ ਐਂਡ ਜਦੋਂ ਪਾਏ ਸੀ 6 ਮਹੀਨੇ, ਉਹ ਇੱਦਾਂ ਸੀ ਜਿੱਦਾਂ ਗੰਨਾ ਗੁੰਨਾ ਜਦੋਂ ਸਿਆਲਾਂ ਨੇ ਢੋਹਦੇ ਸੀ ਹੈ ਨਾ, ਫਿਰ ਘਾਸਦੇ ਬਹੁਤ ਸੀਗੇ ਸੈੱਟਾਂ, ਜਿੱਦਾਂ ਇਹਦੇ ਥੋੜ੍ਹੇ ਸਪੈਂਡਲ ਟੇਢੇ ਕਰਕੇ ਇੱਕ ਸਾਈਡ ਜ਼ਿਆਦਾ ਉੜਦੀ ਇੱਕ ਘੱਟ ਸੀ, ਅਤੇ ਉਦੋਂ ਦੇ ਕੇ ਆਪਾਂ ਦੂਜੇ ਉਹ ਪਾਲੇ ਸੀਗੇ 21 ਇੰਚੀ ਜਿਹੜੇ ਸੀਗੇ, ਪਰ ਉਦੋਂ ਬਾਅਦ 'ਚ ਹੁਣ ਆਹ ਜ਼ਿਆਦਾ 19 ਤੋਂ ਬਾਅਦ ਆਹ ਸੈਂਪਲ ਹੀ ਰੱਖਿਆ ਹੋਇਆ ਇੱਥੇ। ਸੋ ਅੱਜ ਆਪਾਂ ਦੇਖਦੇ ਹਾਂ, ਚਲੋ ਮਿਲਦੇ ਹਾਂ ਜਾ ਕੇ। ਪਿੰਡ ਲਓ ਵੀ ਮਿੱਤਰੋ ਪਹੁੰਚ ਗਏ ਹਾਂ ਆਪਾਂ, ਅਤੇ ਜੱਸਾ ਭਾ ਆ ਰਿਹਾ ਹੈ। ਸੋ ਕਿ ਆਪਾਂ ਟਾਇਰ ਉਹਨੇ ਰਖਾ ਲੈਣੇ ਆ, ਫਿਰ ਆਪਾਂ ਇਹਦੇ ਵਿੱਚ ਕਰਦੇ ਹਾਂ ਫਿੱਟ, ਦਿਖਾਉਂਦੇ ਹਾਂ ਤੁਹਾਨੂੰ ਵਿਊ ਇਹਦਾ ਵੀ। ਆ ਗਿਆ ਪ੍ਰਧਾਨ, ਜੈ ਹੋ, ਕਿੱਦਾਂ ਜੀ? ਆਹ ਵਾਲੇ ਆ ਅਤੇ ਉਹ ਹੁਣ ਕਰੂਗੇ ਡਰਾਈਵ ਅਤੇ ਮੈਂ ਚੱਲਾਂ ਮੋਟਰਸਾਈਕਲ। PAT ਪਾ ਕੇ ਬਸ ਚੌਥਾ ਛੱਡਦੀ, PAT ਪਾ ਕੇ ਚੌਥਾ ਛੱਡਦੀ ਬਸ, ਜੱਸਾ ਭਾ ਕਹਿੰਦਾ ਡਰਾਈਵ ਕਰਨੀ ਆ। ਮੈਂ ਕਿਹਾ ਛੱਡ ਚੌਥੇ ਜੇ ਨੂੰ ਲੋ ਰੇ, ਹਾਂ ਹੁਣ ਖਿੱਚਿਆ ਥੋੜ੍ਹਾ ਜਿਹਾ, ਉਹ ਜਿੱਦਾਂ ਹਾਲੇ ਥੋੜ੍ਹਾ ਜਿਹਾ ਹਿਸਾਬ ਹੈ ਨਾ, PA 'ਚ ਥੋੜ੍ਹਾ ਜਿਹਾ ਭਜਾ ਕੇ ਜਿੱਦਾਂ ਚੌਥਾ ਦੇ ਦਿਓ, ਫਿਰ ਸਮੋਕ ਨਹੀਂ ਜਿੱਦਾਂ ਚੌਥੇ ਦੀ ਲੋਡ ਜੇ ਅਤੇ ਜਿੱਦਾਂ ਚੱਲੀ ਜਾਂਦਾ ਉਹ ਤਾਂ ਬਹੁਤ ਆਮ ਹੋਇਆ। ਸੋ ਹੁਣ ਆਪਾਂ ਚੱਲੇ ਹਾਂ ਮਿਸਤਰੀ ਦੇ, ਉੱਥੋਂ ਜਿੱਦਾਂ ਇਹਦੇ ਥੋੜ੍ਹੇ ਨਟ ਚੇਂਜ ਕਰਨੇ ਪੈਣੇ ਆ ਸਪੇਸਰਾਂ ਦੇ, ਕਿਉਂਕਿ ਅਰਜਨ ਹੋਰ ਤਰ੍ਹਾਂ ਉਹਦੇ ਨਾਲ ਫਿਕਸ ਬਾਸ਼ਲ ਆਉਂਦੀ ਆ, ਫਿਰ ਉਹ ਆਪਾਂ ਹੋਰ ਨਟ ਪਾ ਲੈਣੇ ਆ, ਪਾ ਕੇ ਫਿਰ ਫਿੱਟ ਕਰਦੇ ਹਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ। ਉਹ ਆ ਰਿਹਾ ਆ ਜੱਸਾ ਭਾ ਕਰ ਰਿਹਾ ਟੈਸਟਿੰਗ, ਫੁੱਲ ਮਿਲਾ ਤਾਂ ਖੈਦੇ ਹੀ ਨਹੀਂ ਹੁੰਦੀ ਉਹ, ਕਿਉਂਕਿ ਰਾਹ 'ਚ ਦਾ ਸਿੰਗਲ ਆ, ਕੋਈ ਨਾ ਕੋਈ ਹੰਪ ਪੈ ਜਾਂਦਾ ਇੱਕ ਮਗਰ, ਫਿਰ ਠੇਲਾ ਜਿਹਾ ਪਾਇਆ ਉਹਦਾ ਡਰ ਰਹਿੰਦਾ ਵੀ ਕਿਸੇ ਸਾਲਾ ਨਿਕਲ ਨਾ ਜਾਵੇ ਗੁੱਲੀ ਗੱਲੀ। ਅਤੇ ਹੁਣ ਆਪਾਂ ਚੱਲੇ ਹਾਂ ਸ਼ੋਪ 'ਤੇ ਲੈ ਕੇ, ਤੂੰ ਫੁੱਲ ਰੇ ਤਾਂ ਦਿੱਤੀ ਨਹੀਂ ਹਾਲੇ, ਉਹਤੋਂ ਦੇ ਆਉਣੀ ਆ ਉੱਪਰਲੇ ਤੋਂ, ਬਾਕੀ ਨਟ ਲੈ ਲਏ ਆਪਾਂ। ਅਤੇ ਹੁਣ ਇਹਨਾਂ ਨੂੰ ਜਾ ਕੇ ਉੱਥੇ ਸ਼ੋਪ 'ਤੇ ਕਰਦੇ ਹਾਂ ਸੈੱਟ, ਰੀਜਨਲ ਨਟ ਲਏ ਆਪਾਂ।
ਬਰੀਕ ਚੂੜੀ ਦੇ ਕਿਉਂਕਿ ਇਹ ਦੂਜੀ ਤਰ੍ਹਾਂ ਪਾਉਣੇ ਪੈਣੇ ਆ ਹੋਰ ਜੁਗਾੜ ਕਰਕੇ ਸੋ ਦੇਖਦੇ ਆ ਉੱਥੇ ਜਾ ਕੇ ਇਹ ਆਇਆ 40 ਰੁਪਏ ਦਾ ਇੱਕ ਨਟ ਸੋ ਹੁਣ ਆਪਾਂ ਚੱਲਦੇ ਹਾਂ ਵਰਕਸ਼ਾਪ 'ਤੇ ਅੰਕਾਰ ਕੋ ਆਪੀ ਫਿਰ ਫਿੱਟ ਕਰਕੇ ਦਊਗਾ ਆਪਾਂ ਨੂੰ ਠੀਕ ਹੈ ਆਪਾਂ ਸੱਪ ਕੋ ਅਤੇ ਲੱਗੇ ਹਾਂ ਹੁਣ ਆਪਾਂ ਫਿੱਟ ਕਰਨ ਨਟ ਪਾ ਕੇ ਅਤੇ ਦੇਖੀਏ ਜੁਗਾੜ ਬਣਾ ਕੇ ਆਹ ਸਪੇਸਰ ਪਿਆ ਆ ਇੱਕ ਵਾਰੀ ਇੱਦਾਂ ਦੇਖ ਲਓ ਮਾੜਾ ਜਿਹਾ ਨਹੀਂ ਅਤੇ ਬਾਅਦ 'ਚ ਆਪਾਂ ਕੱਸ ਕੇ ਦਿਖਾਉਂਦੇ ਤੁਹਾਨੂੰ ਗੰਨ ਨਾ ਖੁੱਲੂ ਗਿਨ ਨਟ ਆਹ ਤਾਂ ਬੜਾ ਹੀ ਸੂਦ ਆ ਕੰਮ ਟੈਡ ਬਹੁਤ ਕੀਤੇ ਆ ਮੈਂ ਇਹ ਆਹ ਤਾਂ ਹੈਗਾ ਮੇਰੇ ਕੋਲ ਜੁਗਾੜ ਮਿੰਟ ਮੈਂ ਰੱਖਿਆ ਉੱਦਾਂ ਹਾਲੇ ਫੜ ਓਰੀਜਨਲ ਐਡੀਸ਼ਨ ਵਾਲਾ ਆਹ ਨਾਲ ਇਹਦੇ ਦੂਜੀ ਆ ਯੰਤਰ ਮੰਤਰ ਪੂਰੇ ਭਾਜੀ ਹਨ ਲਓ ਵੀ ਚੱਕਦੇ ਹੁਣ ਵਧੀਆ ਜੁਗਾੜ ਆ ਯਾਰ ਇਹ ਕਿੰਨੇ ਟਨ ਤੱਕ ਉੱਦਾਂ ਚੱਕ ਦਿੰਦੀ ਅੰਕਾਰ ਕਿੰਨੇ ਟਨ ਤੱਕ ਖੋਲ ਦਿੰਦੀ ਇਹ ਹਾਂ ਨਹੀਂ ਮਤਲਬ ਕਿ ਵਜਨ ਤੱਕ ਯਾਨੀ ਕਿ ਨਟ ਦਾ ਪ੍ਰੈਸ਼ਰ ਜਿਹਾ ਮਤਲਬ ਹਿਸਾਬ ਜਿਹਾ ਆਈਡੀਆ ਜਿਹਾ ਇੱਕ ਆਹ ਟੂਟੀਆਂ ਹੈ ਨਾ ਨਿੱਪਲਾਂ ਵਾਲੀਆਂ ਟੂਟੀਆਂ ਖੋਲਣੀਆਂ ਪੈਣੀਆਂ ਯਾਰ ਇਹਨਾਂ 'ਚ ਗਰੀਸ ਗਨ ਹੈਗੀ ਆ ਮਾੜੀ ਜੀ ਮਾੜੇ ਮਾਰ ਹੀ ਦਿੰਦੇ ਹਾਂ ਆਹ ਕੀ ਹੁੰਦਾ ਟੈਟ ਆ ਨਾ ਮਤਲਬ ਨਟ ਇਹਦੇ ਅੱਜ ਸਾਰੀਆਂ ਢਿੱਲਾਂ ਕੱਢ ਦਿੰਦੀਆਂ ਦੇਖ ਕੇ ਰਿਟ ਦੇ ਸਪੇਸਰ ਲਾਉਣੇ ਆ ਹੈ ਨਾ ਇਹਦੇ ਵਿੱਚ ਜਿੱਦਾਂ ਹੈਗੀ ਆ ਮੋਸਟਲੀ ਸਾਰਿਆਂ ਨੂੰ ਪਤਾ ਹੈ ਵੀ ਹੋਲੈਂਡ ਦੇ ਇੱਥੇ ਵਿੱਚ ਆਉਂਦੀ ਹੈ ਚੂੜੀ ਹੈ ਨਾ ਇਹਨੂੰ ਆਹ ਨਟ ਲੱਗਦੇ ਆ ਅਤੇ ਇਹ ਜੇ ਨਟ ਜੇ ਆਪਾਂ ਲਾਉਂਦੇ ਹਾਂ ਤਾਂ ਇਹਦੇ ਵਿੱਚ ਇਹ ਪ੍ਰੋਬਲਮ ਪੈਂਦੀ ਸੀਗੀ ਜਿੱਦਾਂ ਥੱਲੇ ਹੈ ਨਾ ਜਿਹੜੀ ਸਪੇਸਰ ਦੀ ਬਿਲਡਿੰਗ ਆ ਲੇਅਰ ਲੱਗੀ ਆ ਉਹਦੇ ਵਿੱਚ ਜਿੱਦਾਂ ਉਹ ਬਾਸ਼ਲ ਪੱਕੀ ਅੜਦੀ ਸੀ ਹੁਣ ਆਪਾਂ ਜਿੱਦਾਂ ਬਰੀਕ ਚੂੜੀ ਦੇ ਨਟ ਲੈ ਕੇ ਅਤੇ ਇਹਨਾਂ ਨੂੰ ਇੱਧਰੋਂ ਜਿੱਦਾਂ ਸਿੱਧਾ ਤੌਰ 'ਤੇ ਰੂ ਹਾਫ ਚੂੜੀ ਦੇ ਜਿੱਦਾਂ ਹਾਫ ਚੂੜੀ ਵਾਲੇ ਨਟ ਪਾ ਕੇ ਜਿੱਦਾਂ ਇੱਥੇ ਆ ਵੀ ਉਹ ਪਲੇਨ ਆ ਗਿਆ ਚੂੜੀ ਖਰਾਬ ਨਾ ਹੋਊ ਬਾਕੀ ਜਿੱਦਾਂ ਹੁਣ ਇਹ 6 ਨਟ ਦੇ ਇਹ ਪਾ ਦਿੱਤੇ ਆ ਜਿੱਦਾਂ ਇਹ ਜਦੋਂ ਇੱਕ ਵਾਰੀ ਟੈਡ ਹੋ ਗਏ ਫਿਰ ਇਹਨਾਂ ਨੇ ਗੈਪ ਜਿੱਦਾਂ ਇਹਦੇ ਵਿੱਚ ਸੀਗੀਆਂ 3 ਚੂੜੀਆਂ ਉਹਨਾਂ ਗ੍ਰਿਪ ਘੱਟ ਬਣਦੀ ਹੈ ਇਹਦੇ ਵਿੱਚ ਜ਼ਿਆਦਾ ਆ ਉਨੇ ਸਮਾਂ ਜਿੱਦਾਂ ਇਹਨੂੰ ਐਨ ਪੂਰਾ ਟੈਡ ਕਰਤਾ ਅਤੇ ਆਹ ਉੱਪਰ ਉਹਦੇ ਹੋ ਗਈ ਸਪੋਰਟ ਵੀ ਇਹ ਲੂਜ਼ ਨਾ ਹੋ ਚਾਬੀ ਇੱਕ ਹੋਰ ਲੈ ਤਾ ਜੀ ਪਾਨਾ ਲਿਆ ਮੈਂ ਕਹਿੰਦਾ ਪਾਨਾ ਦਾ ਐਨ ਟੁੱਟਕਾ ਪੈਣਾ ਚਾਬੀ ਗੜ 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 ਲੈ ਗਿਆ ਖਿੱਚ ਕੇ ਅੰਦਰ ਵੀ ਗੰਨ ਜੀ ਅੰਨੀ ਜਾਣ ਹੈ ਟੈਡ ਕਰਦੀ ਹਿਸਾਬ ਨਾ ਕਹਿੰਦੇ ਮਾਮਾ ਹੋਰ ਨਾ ਮੁੜ ਕੇ ਏਦਾਂ ਹੀ ਰੁੜ ਕੇ ਜਾਂਦਾ ਹੁੰਦਾ ਫਿਰ ਮੁੜ ਕੇ ਇੰਨੀ ਜਾਣ ਇੱਧਰ ਦੇਖੋ ਵੀ ਆ ਗਏ ਉਸਤਾਦ ਹੁਣੀ ਹਾਂਜੀ ਹਾਂਜੀ ਨਹੀਂ ਭਾਜੀ ਇਕੱਲੇ 40 ਤੇ ਨਹੀਂ ਉਹ ਨਾ ਭਾਜੀ ਆਪਾਂ ਉਹ ਪਾਇਆ ਹੀ ਨਹੀਂ ਆਪਾਂ ਖੱਪ ਖਾਨੇ ਵਾਲਾ ਨਹੀਂ ਪਾਇਆ ਆਪਾਂ ਨੋਰਮਲੀ ਪਾਇਆ ਆਪਾਂ ਹਾਂ ਤੁਹਾਨੂੰ ਪਤਾ ਆਪਾਂ ਹੁਣ ਸਿਆਣੇ ਹੋਏ ਆ ਦਿਖਾ ਦੋ ਹਾਂ ਅੜੇ ਕੰਡੇ ਕੱਢ ਦਿੰਦੇ ਇਹ ਬੰਦੇ ਬਸ ਕੋਈ ਵੀ ਚੀਜ਼ ਬਣਾਉਣੀ ਹੈ ਨਾ ਜਿੱਦਾਂ ਇੱਕ ਵਾਰੀ ਦਿਖਾ ਦੋ ਅੱਛਾ ਕੰਮ ਸਿਰਾ ਆ ਇੱਦਾਂ ਹੀ ਆ ਫੇਰ ਹੁਣ ਕੋਈ ਵੀ ਕੁਆਲਿਟੀ ਜਿੱਦਾਂ ਹੁਣ ਹੋਲੈਂਡ ਹੋਇਆ ਜੋਨ ਡੀਅਰ ਹੋਇਆ ਬਾਹਰਲੀਆਂ ਕੰਪਨੀਆਂ ਉਹ ਥੋੜ੍ਹਾ ਫਿਰ ਖਰਚਣੇ ਪੈਣੇ ਆ ਲਓ ਵੀ ਮਿੱਤਰੋ ਦੇਖੀ ਨੇ ਹਾਂ ਲੈ ਨਟ ਤੇ ਨਟ ਹੀ ਹੋ ਗਏ ਆ ਹੁਣ ਐਨ ਉਹ ਪਿਆ ਇੱਧਰ ਵੀ ਮਿੱਤਰ ਇੱਕ ਨਟ ਆ ਥੋੜ੍ਹਾ ਜਿਹਾ ਖੜ ਜਾ ਸੜਿਆ ਆਇਆ ਮਾੜਾ ਜਿਹਾ ਮੈਂ ਕਿਹਾ ਹੁਣ ਨਾਲ ਲੱਗਦੇ ਕਰ ਦਿੰਦੇ ਹਾਂ 2 ਆ ਬਾਕੀ ਸਹੀ ਹੈ ਇੱਦਾਂ ਕਿਉਂਕਿ ਇਹ ਫਿਰ ਬੈਲਡ ਨਹੀਂ ਹੋਣੇ ਮਗਰ ਅੰਦਰ ਪੈਂਦਾ ਨਹੀਂ ਇਹਨਾਂ ਨੂੰ ਸਪੋਰਟ ਹੋ ਜੂਗੀ ਤਾਂ ਮਾੜਾ ਟੱਚ ਲੱਗ ਗਿਆ ਦੈਨ ਫਿਰ ਪੱਕਾ ਕੰਮ ਹੋ ਜੂਗਾ ਆਹ ਦੇਖੋ ਮਿੱਤਰੋ ਆਹ ਦੱਸਿਓ ਜਿਹੜੇ ਇਹ ਹੈਗੀ ਦੂਜੀ ਟੈਕਨੀਕ
ਯਾਰ ਨੀਵਾ ਮੂਹਲੇ ਟਾਇਰਾਂ ਨੇ ਨਾ ਉੱਚਾ ਹੁੰਦਾ ਹੁੰਦਾ ਇਹ ਨੀਵਾ ਹੋ ਗਿਆ ਕਿ ਉੱਚਾ ਪਿੱਛੇ ਉੱਚਾ ਹਨਾ ਮੈਂ ਇੱਟਾਂ ਹੀ ਇਹਦੇ ਖੜਾ ਹਲੇ ਹਾਂ ਉਹ ਸਮਾਂ ਉੱਚੇ ਆ 1016 ਜਿਹੜੇ ਹੋ ਗਿਆ ਫਤਿਹ ਕੰਮ ਇਹਦੀ ਡਾਇਰੈਕਸ਼ਨ ਹੈ ਦੂਜੇ ਵਾਂਗੂ ਜਿੱਧਰ ਨੂੰ ਮਰਜ਼ੀ ਘੁਮਾਉਣਾ ਇਹਨੂੰ ਘੁਮਾਉਣਾ ਇਹਨੂੰ ਰੈਚ ਵਾਂਗੂ ਹੁੰਦੀ ਜਿੱਦਾਂ ਕੀ ਹੋਇਆ 22 ਨੰਬਰ ਇੱਕ ਨਾਟ ਹੋ ਰਿਹਾ ਡੋਟੀ ਚਾਹੀਦੀ ਆਪਾਂ ਨੂੰ ਇੱਥੇ ਲੰਬੀ ਮੇਰੇ ਹਿਸਾਬ ਨਾਲ ਬਾਹਰ ਆ ਬੋਲਟ ਹਾਂ ਛੋਟੀ ਆਪਾਂ ਨੂੰ ਹਾਂ ਸੱਚ ਆ ਨਾ ਹਾਂ ਸੱਚ ਆ ਨਾ ਲੈ ਦੇਖ ਲੈ ਚਲੋ ਲੈ ਦੇਖ ਲੈਂਦੇ ਆ ਘੁੰਮ ਕੇ ਡੰਗ 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 ਇੱਦਾਂ ਇਹਨਾਂ ਨੂੰ ਲੈਵਲ ਚੈੱਕ ਕਰੋ ਹਨਾ ਇਹ ਖੰਨੇ ਉੱਥੇ ਟਰਾਲੀ ਪੈਂਚਰ ਹੋਈ ਸੀ ਇੱਕ ਨਟ ਕੱਸਣ ਵਾਲਾ ਹੋਰ ਜਗਾੜ ਆਇਆ ਕੁੰਡੀ ਜੀ ਨਾਲ ਉਹ ਤਾਂ ਟਰਾਲੀ ਦੇ ਨੱਟ ਤੋੜ ਦਿੰਦਾ ਇੰਨਾ ਜ਼ਿਆਦਾ ਕਿਸੇ ਦਾ ਰੋਡ ਨਾਲੋਂ ਵੀ ਜ਼ਿਆਦਾ ਉਹ ਉਹਦੇ ਵਿੱਚ ਹਨਾ ਇੱਦਾਂ ਦੋ ਲੋਕ ਆ ਜਿੱਦਾਂ ਇੱਕ ਇੱਕ 'ਚ ਗੋਟੀ ਪੈਂਦੀ ਆ ਇੱਕ ਥੱਲੇ ਇੱਦਾਂ ਲੱਤ ਆ ਉਹ ਦੂਜੇ ਨਾੜ ਨਾਲ ਲੱਗ ਜਾਣੀ ਗੋਟੀ ਇੱਦਾਂ ਪਾ ਕੇ ਉਹ ਮਗਰ ਇੱਦਾਂ ਐਂ ਘੁਮਾਈ ਆ ਉਹ 6000 ਦਾ ਆਉਂਦਾ ਇੱਦਾਂ ਹੀ ਨਾੜ ਕੱਸੀ ਜਾਂਦਾ ਇੱਦਾਂ ਹੀ ਖੁੱਲੀ ਜਾਂਦਾ ਤਾਂ ਅੱਜ ਆਪਾਂ ਪਹਿਲਾਂ ਇਹਨੂੰ ਪਾਏ ਸੀਗੇ 916 ਉਦੋਂ ਬਾਅਦ 'ਚ ਆਪਾਂ ਇਹਦੇ ਨਾਲ ਦੇ ਪਾਏ ਸੀ ਸਪੀਡਵੇ ਇਹ ਆਪਾਂ 6 ਮਹੀਨੇ ਲਾਏ ਸੀ ਜਿੱਦਾਂ ਫਿਰ ਵੇਚਦੇ ਕਿਉਂਕਿ ਇਹ ਗੰਨੇ ਢੋਣ ਨੂੰ ਜਿੱਦਾਂ ਇਹਨਾਂ ਦੀ ਸਾਈਡ ਬਹੁਤ ਘੱਟ ਵੱਧ ਘੱਸਦੀ ਆ ਦਿੱਕਤ ਬਹੁਤ ਪੈਂਦੀ ਆ ਕਿਉਂਕਿ ਇਹਦੇ ਸਪੈਂਡਰ ਹਨਾ ਇੱਦਾਂ ਸਾਰਿਆਂ ਨੂੰ ਪਤਾ ਹੀ ਤਕਰੀਬਨ ਟੇਢੇ ਆ ਦੇਖੋ ਇੱਧਰਲੀ ਚੀਜ਼ ਸਾਈਡ ਡੌਨ ਰਹਿੰਦੀ ਇੱਧਰਲੀ ਅੱਪ ਅਤੇ ਇੰਨਾ ਟਾਇਰ ਜ਼ਿਆਦਾ ਘੱਸਦਾ ਇੰਨਾ ਸਾਰਾ ਨਵਾਂ ਪਿਆ ਰਹਿੰਦਾ ਇਹਦੀ ਸਾਈਡ ਸੂਟ ਵੀ ਚੇਂਜ ਕਰਨ ਦਾ ਕੰਜਰ ਖਾਨਾ ਹੀ ਆ ਇਹ ਫਿਰ ਆਪਾਂ ਟਾਇਰ ਜਿੱਦਾਂ ਵਿੱਚ ਹੀ ਦੇ ਕੇ ਫਿਰ ਆਪਾਂ ਪਾਏ ਸੀਗੇ ਇਹਨੂੰ 21 ਨੰਬਰ ਖਰੇ 22 ਨੰਬਰ ਸੀ ਰਿਮ ਫੋਰਚੂਨਰ ਵਾਲੇ ਉਹ 2 ਸਾਲ ਚਲਾਏ ਓਏ ਆਹ ਥੱਲੇ ਦੇ ਦਿੱਤਾ ਜੈਕ ਚੱਕ ਓਏ ਮਾਮਾ ਹੀਰਿਆਂ ਦੇ ਅੰਕਾਰ ਦੇਖੋ ਵੀ ਮਿੱਤਰੋ ਇੱਦਾਂ ਦੀ ਲੁੱਕ ਆਈ ਇਹਦੀ ਬਾਕੀ ਹਲੇ ਪੱਧਰੇ ਖੜਾ ਕਰਕੇ ਇਹਨੂੰ ਦੇਖਦੇ ਸਹੀ ਆ ਯਾਰ ਪਿੱਛੋਂ ਨੀਵਾਂ ਹੀ ਆ ਉੱਚਾ ਹੀ ਆ ਉੱਦਾਂ ਹੀ ਲੱਗਦਾ ਸੀ ਪਹਿਲਾਂ ਸਹੀ ਆ ਨਾ ਕਿ ਨਹੀਂ ਬਾਹਰ ਤਾਂ ਆਉਣਾ ਹੀ ਆ ਫਿਰ ਹੁਣ ਪੁੱਠੇ ਕੀਤਿਆਂ ਦੇ ਆਉਣੇ ਲਓ ਵੀ ਮਿੱਤਰੋ ਆਹ ਲੁੱਕ ਆਈ ਆ ਦੇਖੋ ਅਤੇ ਇਹ ਆ ਜੇ ਮੇਰੇ ਭਰਾ ਨੇ ਕਿਸੇ ਨੇ ਵੀ ਪਾਉਣੇ ਹਨਾ ਇੱਦਾਂ ਕੱਚਾ ਕੰਮ ਨਾ ਛੱਡਿਓ ਸਪੇਸਰਾਂ ਜਿੱਦਾਂ ਆਪਾਂ ਹਨਾ ਅੰਦਰ ਐਨ ਪੂਰੇ ਚੈੱਕ ਨਾਟ ਡਬਲ ਕਰਕੇ ਪਾਏ ਆ ਐਨ ਇੱਦਾਂ ਤਸੱਲੀ ਕਰਾ ਕੇ ਪਾਓ ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ ਸੋ ਮਿਲਦੇ ਹਾਂ ਆਪਾਂ ਹੋਰ ਵੀਡੀਓ 'ਤੇ ਇੱਦਾਂ ਹੀ ਸਤਿ ਸ਼੍ਰੀ ਅਕਾਲ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਸੋ ਗੁੱਡ ਲੱਕ ਮਿਲਦੇ ਹਾਂ ਹੋਰ ਅਗਲੀ ਵੀਡੀਓ 'ਤੇ ਉਹ ਵੀ ਮਿੱਤਰੋ